पुत्र के पति गुवाउण तों बाद औरतां दर दर दीआं ठोकरां खा रहीआं ने ते पुलिस प्रशासन वल्लों कोई भी कार्रवाई नहीं की जा रही। साबका अकाली मंत्री ते मौजूदा कांग्रेसी मंत्री दे हलके विच इह वारदातां होईआं ने। इंसाफ लई दर दर भटक रहीआं बजुर्ग औरतां दा कहना है कि उन्हां नूं कोई भी इंसाफ नहीं मिल रहा। हंब हार के बजुर्ग पीड़ित औरतां अज आम आदमी पार्टी की शरण विच पहुंचीआं ने, जिथे इन्हां पीड़ित औरतां ने इंसाफ की मंग की है। आम आदमी पार्टी के लीगल सैल प्रधान नवदीप सिंह जी दा ते किसान विंग के प्रधान जतिंदर सिंह भल्ला ने कहा कि पंजाब विच जंगल राज चल रहा है, क्योंकि एक मां दा पुत कुछ व्यक्तियों वालों घरों मोटरसाइकिल दे नाल ले जा के कतल कर दिता गया। उस तो बाद उसनू अग भी लगा दी गई। उस पीड़ित औरत ने थाने विच मोटरसाइकिल दा नंबर दिता ते उन्हां व्यक्तियों दे नाम भी दिते, पर पुलिस वालों कोई भी कार्रवाई नहीं की गई। एक बजुर्ग औरत का पति जमीन लई उसके द्यौर अते द्यौर के पुत्र वालों कतल कर दिता गया। जब बजुर्ग औरत मामला दर्ज करवाउण थाने पहुंची तो उसकी दरखास्त नूं फड़ के पाड़ दिता गया। यही नहीं, एक मनबुद्धि व्यक्ति ते मामला दर्ज कर दिता गया जो कि नाजायज़ है। पीड़िता ने हुण इंसाफ की मांग की है। ਜ਼ਮੀਨ ਦੇ ਮਸਲੇ 'ਚ ਮਾਰਿਆ, ਰਸੀਦ ਕਰਾਉਣ ਨੂੰ ਕਰਾਈ ਆ ਤੁਹਾਨੂੰ, ਸਾਨੂੰ ਤਾਂ ਪਤਾ ਵੀ ਨਹੀਂ ਸੀ, ਹੁਣ ਹੁਣ ਪਤਾ ਲੱਗਿਆ ਵੀ ਕਰਵਾ ਦੀ। ਕਿੰਨੀ ਜ਼ਮੀਨ ਦਾ ਮਸਲਾ ਸੀ ਮਾਤਾ? ਜ਼ਮੀਨ ਜੀ ਢਾਈ ਕਿੱਤੇ। ਕਿਹਨੇ ਮਾਰਿਆ? ਮਾਰਿਆ ਪਿਓ ਪੁੱਤਾਂ ਨੇ। ਕੀ ਨਾਮ ਉਹਨਾਂ ਦੇ? ਪਿਓ ਦਾ ਨਾਂ ਠਾਕਰ ਸਿੰਘ, ਪੁੱਤ ਦਾ ਨਾਂ ਗੁਰਪ੍ਰੀਤ। ਛੋਟੇ ਕੀ ਲੱਗਦੇ ਸੀ ਉਹ? ਹਾਂਜੀ ਛੋਟੇ ਕੀ ਲੱਗਦੇ ਸੀ ਉਹ? ਸਾਡਾ ਮੇਰਾ ਦਿਓਰ ਲੱਗਦਾ ਗੁਰ, ਹਾਂ ਜਿਹੜਾ ਠਾਕਰ ਸਿੰਘ ਆ ਅਤੇ ਉਹ ਦਾ ਮੁੰਡਾ ਜਿਹੜਾ ਉਹ ਗੁਰਪ੍ਰੀਤ। ਪਤਾ ਤੋਂ ਬਾਅਦ ਕਿਹਦੇ ਤੱਕ ਪਹੁੰਚ ਕੀਤੀ ਕੀਤੀ? ਉਹ ਮੁੰਡਾ ਰਮਦਾਸ ਸਿੰਘ ਸਿੱਖਾਂ ਦਾ, ਉਹਨਾਂ ਦਾ ਗੁਆਂਢੀ ਆ। ਉਹ ਮੁੰਡਾ ਭੋਲਾ ਹੈਗਾ, ਬੱਚਾ ਹੈਗਾ ਕੋਈ, ਉਹ ਇੰਨੇ ਜੋਕਰਾ ਹੈ ਨਹੀਂ ਸੀ, ਪਰ ਉਹਦੇ ਨਾਲ ਇਨਸਾਫ ਬੇਇਨਸਾਫੀ ਹੋਈ ਆ। ਪਰ ਮੇਰਾ ਇਹਨਾਂ ਦੋ ਗੱਲਾਂ ਦਾ ਇਨਸਾਫ ਥਾਣੇ 'ਚ ਵੀ ਗਏ ਸੀ? ਥਾਣੇ 'ਚ ਗਏ ਸੀ। ਥਾਣੇ ਵਾਲੇ ਪਹਿਲਾਂ ਤਾਂ ਉਹਨੇ ਮੇਰਾ ਨਾਂ ਨੰਬਰ ਲਿਖ ਲਿਆ, ਪਿੰਡ ਪੁੱਛ ਲਿਆ, ਮੋਬਾਇਲ ਨੰਬਰ ਲੈ ਲਿਆ, ਮੁੜ ਕੇ ਅਰਜੀ ਪਾ ਕੇ ਸੜਕੀ ਡਿੱਬੇ 'ਚ। ਉਦੋਂ ਬਾਅਦ 'ਚ ਮੈਨੂੰ ਕਹਿੰਦੇ ਐਸ ਐਸ ਪੀ ਨੂੰ ਮਿਲ ਕੇ ਜਾਈ, ਐਸ ਐਚ ਓ ਨੂੰ। ਉਹਨੂੰ ਮੈਂ ਮਿਲਣ ਦੀ ਮਾਰੀ, ਦੋ ਘੰਟੇ ਲੇਟ ਹੋਈ ਗਈ, ਦਿਨ ਛਿਪ ਗਿਆ। ਪਰ ਉਹ ਜਦੋਂ ਮੇਰੀ ਉਹਦੇ ਨਾਲ ਗੱਲ ਹੋਈ, ਮੈਂ ਕਿਹਾ ਜੀ ਮੈਂ ਉਹਦੇ ਘਰ ਵਾਲੀ ਸੀਗੀ, ਅਕਸਰ ਮੈਨੂੰ ਵੀ ਬੁਲਾਉਣ ਦਾ ਹੱਕ ਸੀ, ਮੇਰਾ ਵੀ ਹੱਕ ਸੀ ਉਹਦੇ ਵਿੱਚ। ਮੈਂ ਅਤੇ ਕਹਿੰਦਾ ਜੀ ਤੁਹਾਨੂੰ ਬੁਲਾਇਆ ਸੀਗਾ। ਮੈਂ ਕਿਹਾ ਜੀ ਸਬੂਤ ਦਿਓ। ਮੈਂ ਸਬੂਤ ਮੰਗਿਆ, ਕਹਿੰਦਾ ਮੋਬਾਇਲ 'ਤੇ ਸੁਣ ਕੇ ਜੇ ਕੰਨ ਨਾ ਲਾ ਕੇ, ਕਹਿੰਦਾ ਜੀ ਸਬੂਤ ਤਾਂ ਕੋਈ ਨਹੀਂ ਹੋਇਆ, ਅਤੇ ਉਹ ਹੋਇਆ ਗਾ ਅਸੀਂ ਮੈਸੇਜ ਭੇਜਿਆ। ਮੈਂ ਕਿਹਾ ਜੀ ਮੇਰੇ ਮੋਬਾਇਲ ਚੈੱਕ ਕਰੀ ਜਾਵੇ ਜੋ ਮੈਨੂੰ ਮੈਸੇਜ ਆਇਆ। ਫਿਰ ਕਹਿੰਦੇ ਮਾਸ ਮਾਤਾ, ਮੈਂ ਕਿਹਾ ਮੇਰਾ ਪਰਚਾ ਦਰਜ ਕਰੋ। ਕਹਿੰਦਾ ਇਹ ਹੋ ਗਿਆ ਬਸ, ਇਸੇ 'ਚੋਂ ਲੀਡਰ ਤਾਂ ਸਾਨੂੰ ਧਮਕੀਆਂ ਸਾਰੇ ਹੀ ਦੇਈ ਜਾਂਦੇ ਆ ਵੀ ਤੁਸੀਂ ਆਹ ਜਿਹੜੇ ਹੁਣ ਐਮ ਸੀ ਆ ਜਾਂ ਕੋਈ ਇਹੋ ਜਿਹੇ ਕਹਿ ਸਕਦੇ ਆ, ਤੁਸੀਂ ਬਸ ਆਰਾਮ ਨਾਲ ਘਰ ਬਹਿ ਜਾਓ, ਤੁਹਾਡੇ 'ਤੇ ਐਂ ਹੋ ਜੂ ਉਹ ਹੋ ਜੂ, ਤੁਹਾਡੀ ਬਹਾਨਾ ਕਰ ਦਿੰਦੇ। ਤੁਸੀਂ ਕਿਹਦਾ ਕਿਹਦਾ ਨਾਂ ਦਿੱਤਾ ਸੀਗਾ ਉੱਥੇ ਥਾਣੇ 'ਚ? ਥਾਣੇ 'ਚ ਜੀ ਲਿਆ ਹੀ ਨਹੀਂ, ਦਰਖਾਸਤ ਨਹੀਂ ਫੜੀ ਜੀ ਨਾ, ਦਰਖਾਸਤ ਹੀ ਨਹੀਂ ਕਰੀ, ਦੋ ਪਿੰਡ ਦਾ ਅਤੇ ਮੋਬਾਇਲ ਨੰਬਰ ਅਤੇ ਮੇਰਾ ਨਾਮ ਨੰਬਰ ਲਿਖ ਕੇ ਅਤੇ ਬਸ ਉਹ ਵੀ ਭੇਜ ਸਕਦੇ। 23 ਤਰੀਕ 10ਵਾਂ ਮਹੀਨਾ 2020 ਨੂੰ ਦੋ ਜਾਣੇ ਮੜੀਆਂ ਅਤੇ ਮੰਗਾ ਉਹ ਘਰੋਂ ਲੈ ਕੇ ਗਏ ਮੋਟਰਸਾਈਕਲ 'ਤੇ, 3 ਵਜੇ 3:45 ਦਾ ਕਰੀਬ ਟਾਈਮ ਸੀਗਾ ਜਦੋਂ ਲੈ ਕੇ ਗਏ। ਉਦੋਂ ਬਾਅਦ ਦੇ ਵਿੱਚ ਮੈਂ ਫੋਨ ਲਾਇਆ, ਬੇਟਾ ਮੇਰਾ 10 ਮਿੰਟ ਦੇ 7:23 ਦੇ ਕਰਨਾ ਗੱਲ ਹੋਈ ਬੇਟੇ ਦੀ। ਕਹਿੰਦਾ ਮੰਮੀ ਮੈਂ 10 ਮਿੰਟਾਂ 'ਚ ਹੀ ਆ ਗਿਆ ਤੇਰੇ ਕੋਲ। ਮੈਂ ਉਹਨੂੰ ਕਿਹਾ ਬੇਟੇ ਨੂੰ, ਮੈਂ ਬੇਟੇ ਜਦੋਂ ਤੂੰ ਗਿਆ ਸੀ ਤੇਰੇ ਤਾਇਆ ਜਿਹੜੇ ਗੱਲਾਂ ਬੋਲਦਾ ਸੀਗਾ ਤੇਰੇ ਯਾਦ ਆ? ਉਹ ਮੈਨੂੰ ਕਹਿੰਦਾ ਹਾਂ ਮੰਮੀ ਮੇਰੇ ਯਾਦ ਆ। ਕਹਿੰਦਾ ਕਿ ਮੈਂ ਯਾਰ ਤੇਰੇ ਕੋਲ 10 ਮਿੰਟਾਂ 'ਚ ਹੀ ਆ ਗਿਆ, ਕਹਿੰਦਾ ਤੇਰਾ ਸੱਤਾ ਜਿਉਂਦਾ ਹੈ ਮਰਿਆ ਤਾਂ ਨਹੀਂ, ਮੈਨੂੰ ਆਹ ਗੱਲ ਬੋਲਿਆ ਹੁਣ ਇਹ ਗੱਲ ਬੋਲਦਾ ਆਹੀ ਗੱਲ ਮੈਨੂੰ। ਕਹਿੰਦਾ ਮੈਂ 10 ਮਿੰਟਾਂ 'ਚ ਆ ਗਿਆ, 7:28 ਤੇ ਤੁਰ ਪਿਆ, ਉੱਥੋਂ ਬਾਅਦ 'ਚ ਮੇਰੇ ਕੋਲ ਘਰ ਨਿਕਲ ਪਿਆ। ਨਹੀਂ ਜੀ ਕੋਈ ਰਾਜਸੀ ਨਹੀਂ ਸੀ ਕਹਿੰਦਾ ਨਾਲ ਉਹੀ ਗੱਲ। ਉਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਉਹ ਵਗ ਗਿਆ ਬੇਟਾ ਮੇਰਾ, ਜਦੋਂ ਲੈ ਗਏ ਘਰੋਂ, ਉਹ ਮੇਰਾ ਜੇਠ ਸੀ ਜਿਹੜਾ ਨਾਲੇ ਮੇਰਾ ਭਣੋਈਆ, ਉਹ ਮੇਰੀ ਭੈਣ ਆ ਉਹਦੇ ਘਰੇ, ਉਹਨੇ ਇਹ ਕਿਹਾ ਮੈਨੂੰ, ਕਹਿੰਦਾ ਕਿ ਅੱਜ ਇਹ ਤੇਰੇ ਬੇਟੇ ਨੂੰ ਕਹਿੰਦਾ ਮਾਰ ਕੇ ਲਿਆਉਣਗੇ। ਕਹਿੰਦਾ ਇਹ ਮੁੜ ਕੇ ਮੈਨੂੰ ਬਾਅਦ 'ਚ ਕਹਿੰਦਾ ਕਿ ਤੂੰ ਪੈਟਰੋਲ ਪਾ ਕੇ ਫੂਕੜ ਕੇ, ਕਹਿੰਦਾ ਤੜਕੇ ਨੂੰ ਨਵੇਂ ਨਵੇਂ ਪੈਡ ਪਾ ਪਾ ਰੋਵੇਂਗੀ ਤੂੰ, ਕਹਿੰਦਾ ਕਿ ਤੜਕੇ ਨੂੰ ਸਵਾਹ ਹੋ ਗਏ ਤੇ ਗੱਲ ਉਹੀ ਹੋ ਗਈ ਰਾਤ। ਕਾਰਨ ਕੀ ਸੀ, ਕਿਉਂ ਮਾਰਿਆ ਗਿਆ? ਪਤਾ ਹੀ ਨਹੀਂ ਜੀ ਕਿਉਂ ਮਾਰਿਆ ਗਿਆ, ਬਸ ਹਾਂ ਕੋਈ ਸਾਨੂੰ ਸਮਝ ਨਹੀਂ ਆਈ ਇਸ ਗੱਲ ਦੀ, ਕਿਉਂ ਮਾਰਿਆ ਕੀ ਕੀਤਾ। ਜੇਠ ਨੂੰ ਪਤਾ ਸੀ ਇਸ ਗੱਲ ਦਾ ਪਹਿਲਾਂ ਵੀ ਇਸ ਤਰ੍ਹਾਂ ਹੋਊਗਾ? ਉਹਨੇ ਸਾਨੂੰ ਮੈਨੂੰ ਪਹਿਲਾਂ ਕਿਹਾ ਜੋਗੇ, ਕਿਉਂ ਪਤਾ ਸੀ ਕਿ ਕੀ ਕੋਈ ਪਤਾ ਨਹੀਂ ਗਾ ਉਹਨੇ ਵੀ, ਕਿਉਂ ਉਹਨਾਂ ਦੀ ਕੋਈ ਮਰਜ਼ੀ ਨਹੀਂ ਸੀ ਜਾਂ ਕੁਛ ਕੀਤਾ ਵਾ ਸੀਗਾ, ਉਹਨਾਂ ਨੇ ਆਹ ਗੱਲ ਕਹੀ। ਤਿੰਨ ਵਾਰੀ ਕਿਹਾ ਉਹਨਾਂ ਨੇ। ਫਿਰ ਹੁਣ ਕਿਹਦੇ ਕਿਹਦੇ ਖਿਲਾਫ ਤੁਸੀਂ ਕੰਪਲੇਂਟ ਕਰੀ ਜੀ? ਇਹ ਜੀ ਇੱਕ ਤਾਂ ਦਰਸ਼ਨ ਆ, ਇੱਕ ਮਣੀਆਂ, ਇੱਕ ਮੰਗਾ।
ਦੋਸ਼ੀ ਤੁਸੀਂ ਕਿਹਨੂੰ ਮੰਨਦੇ ਹੋ? ਦੋਸ਼ੀ ਅਸੀਂ ਨਾ ਤਿੰਨਾਂ ਨੂੰ ਮੰਨਦੇ, ਤਿੰਨਾਂ ਨੇ ਮਿਲ ਕੇ ਕੁਝ ਕੀਤਾ, ਇਹਨਾਂ ਨੇ ਆਪੋ ਵਿੱਚ ਹੀ ਝਗੜਾ ਹੋ ਗਿਆ ਜਦੋਂ ਪੁਲਿਸ ਆਈ ਤੜ ਕੇ ਆਪਣੇ ਉਹ ਬੰਦੇ ਘਰੇ ਆ ਗਏ ਸੀ। ਜੇਠ ਨੂੰ ਪਤਾ ਸੀ ਕਿ ਤੁਸੀਂ ਉਹਨਾਂ ਨੂੰ ਦੋਸ਼ੀ ਦੋਸ਼ੀ ਸਮਝਦੇ? ਉਹ ਪਤਾ ਹੀ ਸੀਗਾ ਜੀ ਜੇ ਉਹਨਾਂ ਨੂੰ ਬੋਲਦਾ ਸੀ। मुकदमा दर्ज किया जाता एक मंदबुद्धि बच्चे ते। सो ये बहुत वड्डा सवाल है कि मलूका पिंड दे विच साडे ये हालात ने कतलोगारद हुंदी है, किते दी कोई सुनवाई नहीं, तो उत्ते विधान सभा हलका रामपुरा फूल ते पंजाब दे की हालात होणगे? इन्हां नूं किते भी इंसाफ नहीं मिलिया। साल तो ये दर दर ठोकरां खा रहे ने, भटक रहे ने। मेरे ध्यान दे विच मसला आया, असीं हुण भी SSP साहब कोले जाके आ, हुण तुहाडे मिलण तों बाद भी जाणा सानूं मिले नहीं। ओह सो इस करके असीं पंजाब सरकार तों जिले दे SSP तों मांग करदे आ कि जिहड़े दोषी ने जिन्हां ने इन्हां दे बेटे दा कतल किया उन्हां नूं परचे दे विच बाई नेम उन्हां नूं दर्ज करके चलान पेश किया जाए। तो जो मंदबुद्धि बच्चे ते परचा दर्ज किया, छोटा जिहा बच्चा, वह सारा मामला उसकी उच्च पद्धरी जाँच हो, क्योंकि जमीन का मसला से इन्हों का, जमीन की वसीयत हुई सी, रजिस्ट्री करवाना चाहते सी, इन्हों पता लग गया, इन्होंने वसीयत लाने की कोशिश की, तो वह बिट इन बिटवीन उसका मर्डर हो जाता। सो बहुत अहम मसला, जाँच का मसला। सो असं इन्हों दो मसलों की उच्च पद्धर की जाँच की मांग करते हैं, तो बीबी बलदेव कौर तो इंद्रजीत कौर इन्होंने सारे परिवारों जो इंसाफ आ वो मिल सके। आम आदमी पार्टी है जी साड़ी बठिंडा की इकाई पंजाब लैवल से भी असं इसका मसला उठावे, तो इन्होंने इन्हें बेटे का, तो इन्हों इस पति की मौत का जोड़ा असं इंसाफ दवा तक इस परिवार का सहयोग है जोड़ा वो करते रहा। सियासी मसला सियासी शह आ, जोड़े बंद ने कतल किया उन्होंने सियासी सरप्रस्ती हासिल है। माता बैठी है, गवाह बैठी है, इन्हों हूँ भी डराया जाता है, धमकाया जाता भी चुप कर दो तुम बोलो ना, कोई गल नहीं, आप पर्दे के पिछे गल कर लें। ये माता जो इस पति का कतल होया दर दर ठोकर खा के थाने गई है, दरबारे गई, यदि दरखास्त पाड़ के वह मरी चला के, इस करके सियासी लोगों की सरप्रस्ती है, सियासी लोग उन्हां दोषियों के पिट पिछे खड़े ने, इस करके ये आम लोग ने, गरीब लोग ने, इन्हों की कितने कोई सुनवाई है जी नहीं हो रही। कांग्रेस वाले तंग करते हैं, कांग्रेस कह सकते हैं, क्यों कांग्रेस की सरकार है जी, कांग्रेस के जो सरकार है उतों की लीडरशिप है, उन्होंने उन्होंने दोषियों पूरी जी है सरप्रस्ती हासिल। धन्यवाद जी कि तुम इतने पहुँचे हो। अज साड़ी आम आदमी पार्टी के किसान विंग के जिला प्रधान जतेंद्र भल्ला जी के जो हल्के जो कुछ हो रहा है, जाके रामपुरा हल्के जो कुछ हो रहा है वो बारे पहला भी बहुत बार असी प्रेस कॉन्फ्रेंस की, क्योंकि उतों के दो जिहड़े के मंत्री है जिदा अकाली दल की सरकार होंदी है तो सरदार सिकंदर सिंह जी मलूका साहब, जो कांग्रेस की सरकार होंदी तो गुरप्रीत सिंह जी कांगड़ कैबिनेट के मंत्री ने, और उन्होंने आपके हल्के की हालात है असी पहला भी तुहानू दस्सिया कि किदा उत्थे एक इंसान की कदर है किसी चुक के मार के खपा दिता जाता है, और उसकी कोई इनकुआरी नहीं, कोई वह किसी इंटेरोगेट नहीं किया जाता, किस तरह जी एक FIR है वो एक आम रद्दी बन के टोकरी भी चली जाती है। अज असी जी FIR दो लैके आए हैं, वो पिंड मलूका पिंड का जितों का कैबिनेट मंत्री रहे सरदार सिकंदर सिंह मलूका जी, उन्होंने पिंड दियां दो लेडीज़ बैठिया है, एक हसबेंड का मर्डर होया है और एक दे जिहड़ा है बेटे का मर्डर होया है, उहदे बारे तुहानू असी दस रहे हैं। और बड़ा चिंता का विषय है कि साडे पंजाब दे विच जां साडे रामपुरा हल्के जो कुछ हो रहा है वो हालातों को देखते हुए साडियां उत्थे मावां साडियां भैणां दे अखां विच अंजू आ, क्योंकि किसी की कोई सुनवाई नहीं। एक परचा होया जी उत्थे 302 का, मिति 27/4/2021 ਉਹਦੇ ਕੀ ਫੈਕਟਸ ਹੈ, ਮੈਂ ਹੈਰਾਨ ਹਾਂ। ਦੇਖੋ ਮੈਂ ਖੁਦ ਪ੍ਰੈਕਟਿਸ ਕਰ ਰਿਹਾ ਇੱਥੇ ਬਠਿੰਡਾ ਦੀ ਅਦਾਲਤ ਦੇ ਵਿੱਚ, ਮੈਨੂੰ 18-20 ਸਾਲ ਹੋ ਗਏ ਹੈ, ਔਰ ਜਿਹੜਾ ਕੰਪਲੇਨੈਂਟ ਹੈ ਉਹ ਬਿਲਕੁਲ ਦੱਸ ਰਿਹਾ ਹੈ ਕਿ ਦੋ ਬੰਦੇ ਆ ਕੇ ਸਾਡੇ ਘਰ ਦੇ ਵਿੱਚੋਂ ਲੜਕੇ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਜਿਹੜਾ ਲੈ ਗਏ ਹੈ, ਉਸ ਤੋਂ ਬਾਅਦ ਉਹਨਾਂ ਦੇ ਨਾਲ ਲੜਕਾ ਚਲਾ ਜਾਂਦਾ ਹੈ, और रात को वापस ना आने तो बाद सुबह जड़ा
ਉਹਦਾ ਮਰਡਰ ਹੋ ਜਾਂਦਾ ਹੈਗਾ। ਤਾਂ ਮਰਡਰ ਹੋਣ ਤੋਂ ਬਾਅਦ ਦੇਖੋ ਕਿਹੜੀ ਹੈਰਾਨੀ ਵਾਲੀ ਗੱਲ ਹੈ ਕਿ ਨਛੱਤਰ ਸਿੰਘ ਦਾ ਮਰਡਰ ਹੁੰਦਾ ਹੈ, ਉਹਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਕੀਤਾ ਹੋਇਆ ਐਫ ਆਈ ਆਰ ਦੇ ਵਿੱਚ ਕਿ ਦੋ ਬੰਦੇ, ਮੋਟਰਸਾਈਕਲ ਦਾ ਨੰਬਰ ਵੀ ਪਾਇਆ ਹੋਇਆ ਹੈਗਾ ਕਿ ਦੋ ਬੰਦੇ ਜਿਹੜੇ ਹੈਗੇ ਹੈ ਕੱਲ੍ਹ ਦੁਪਹਿਰ ਵਕਤ ਸਾਰਾ ਪਰਿਵਾਰ ਨਛੱਤਰ ਸਿੰਘ ਆਪਣੇ ਮੌਜੂਦ ਸੀ। ਤਾਂ ਮਨਜੀਤ ਸਿੰਘ ਮਣੀਆਂ ਪੁੱਤਰ ਵਜੀਰ ਸਿੰਘ, ਕਰਮਜੀਤ ਸਿੰਘ ਪੁੱਤਰ ਵਿਕਰ ਸਿੰਘ ਵਾਸੀ ਨੇ ਕਲਿਆਣ ਸੁੱਖਾ ਮੋਟਰਸਾਈਕਲ ਨੰਬਰ PVTN 5074 'ਤੇ ਬਿਠਾ ਕੇ ਉਹਨੂੰ ਲੈ ਜਾਂਦੇ ਹੈ। ਦੇਖੋ ਦੋ ਬੰਦੇ ਲੈ ਕੇ ਜਾਂਦੇ ਆ ਬਿਠਾ ਕੇ ਮੋਟਰਸਾਈਕਲ 'ਤੇ, ਔਰ ਰਾਤ ਨੂੰ ਬੰਦਾ ਘਰ ਵਾਪਸ ਨਹੀਂ ਆਉਂਦਾ ਗਾ, ਕੋਈ ਇੰਟੈਰੋਗੇਸ਼ਨ ਨਹੀਂ। ਬੰਦੇ ਦਾ ਨਛੱਤਰ ਸਿੰਘ ਦਾ ਮਰਡਰ ਹੁੰਦਾ ਹੈ, ਖੇਤਾਂ ਦੇ ਵਿੱਚ ਉਹਦੀ ਲਾਸ਼ ਮਿਲਦੀ ਹੈ, ਵੱਢਿਆ ਟੁੱਕਿਆ ਬਰਨ ਕੀਤੀ ਉਹਦੀ ਜਿਹੜੀ ਬੋਡੀ ਮਿਲਦੀ ਹੈ, ਪਰ ਜਿਹੜੇ ਦੋ ਬੰਦੇ ਬਿਠਾ ਕੇ ਲਏ ਆ ਉਹਨਾਂ ਨੂੰ ਇੰਟੈਰੋਗੇਟ ਤੱਕ ਨਹੀਂ ਕੀਤਾ ਗਿਆ। ਉਹਨਾਂ ਨੂੰ ਇੰਟੈਰੋਗੇਟ ਕਰਦੇ ਦਾ ਪਤਾ ਲੱਗਦਾ ਕਿ ਇਹ ਮਰਡਰ ਤੁਸੀਂ ਕੀਤਾ ਹੈ, ਕਿ ਇਹ ਮਰਡਰ ਕਿਹਨੇ ਕੀਤਾ ਹੈ, ਤੁਸੀਂ ਬੰਦੇ ਨੂੰ ਕਿੱਥੇ ਛੱਡਿਆ। ਲਿੰਕ ਐਵੀਡੈਂਸ ਵੀ ਕੋਈ ਚੀਜ਼ ਹੁੰਦੀ ਹੈ, ਸਰਕਮਸਟਾਂਸ਼ੀਅਲ ਐਵੀਡੈਂਸ ਵੀ ਕੋਈ ਹੁੰਦਾ, ਪਰ ਜਿੱਥੇ ਇਹਨਾਂ ਮੰਤਰੀਆਂ ਦਾ ਜ਼ੋਰ ਚੱਲਦਾ ਉੱਥੇ ਸਾਰੇ ਜਿਹੜੇ ਕਾਨੂੰਨ ਹੈ ਉਹ ਫੇਲ ਕਰ ਦਿੱਤੇ ਜਾਂਦੇ ਹੈ। ਦੂਸਰੀ ਦੁੱਖਦ ਗੱਲ ਇਹ ਹੈ ਕਿ 24/10/2020 ਦੀ ਘਟਨਾ ਹੈ ਕਿ ਅੱਜ ਦੇਖ ਲਓ ਕਿੰਨਾ ਚਿਰ ਹੋ ਗਿਆ ਇਸ ਚੀਜ਼ ਨੂੰ, ਨੀਅਰ ਅਬਾਊਟ 1 ਸਾਲ ਹੋਣ ਦੇ ਨੇੜੇ ਹੈ। ਦੋ ਬੰਦਿਆਂ ਦਾ ਬਾਈ ਨੇਮ ਵਿੱਚ ਨਾਂ ਹੈ, ਮੋਟਰਸਾਈਕਲ ਦਾ ਨੰਬਰ ਹੈ, ਔਰ ਕਿਸੇ ਨੂੰ ਇੰਟੈਰੋਗੇਟ ਨਹੀਂ ਕੀਤਾ ਗਿਆ। ਮਰਡਰ ਹੋਇਆ ਹੋਵੇ, ਕਿਸੇ ਤੋਂ ਪੁੱਛਗਿੱਛ ਨਹੀਂ ਕੀਤੀ ਗਈ, ਜਿਹੜੇ ਬੰਦੇ ਤੋਂ ਬਿਠਾ ਕੇ ਲਿਆ ਉਹਨਾਂ ਨੂੰ ਕੁਛ ਨਹੀਂ ਪੁੱਛਿਆ ਗਿਆ, ਮੋਟਰਸਾਈਕਲ ਕਿੱਥੇ ਆ ਉਹਦੇ ਬਾਰੇ ਕੁਛ ਨਹੀਂ ਦੱਸਿਆ ਗਿਆ। ਤਾਂ ਸਾਡੀਆਂ ਜਿਹੜੀਆਂ ਇੱਥੇ ਬੈਠੀਆਂ ਮਾਵਾਂ ਬੈਠੀਆਂ, ਸਿਰਫ ਅਤੇ ਸਿਰਫ ਰੋਣ ਤੋਂ ਇਲਾਵਾ ਉਹਨਾਂ ਦੇ ਪੱਲੇ ਕੱਖ ਨਹੀਂ ਗਾ। ਇਹ ਜਿਹੜਾ ਹੈ ਸਾਡੇ ਕਾਨੂੰਨ ਨੂੰ, ਜਿਹੜੀ ਅਸਾਂ ਐਫ ਆਈ ਆਰ ਕੱਟੀਆਂ ਜਾਂਦੀਆਂ ਉਹਨਾਂ ਨੂੰ ਇੱਕ ਰੱਦੀ ਦਾ ਪੇਪਰ ਸਮਝ ਕੇ ਰੱਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਂਦਾ ਹੈ। ਅੱਜ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੈ, ਬਿਜਲੀ ਦੇ ਕੱਟ ਵੀ ਲੱਗ ਰਹੇ ਹੈ, ਬਿਜਲੀ ਦੇ ਰੇਟ ਵੀ ਵੱਧ ਗਏ ਹੈ, ਬਿੱਲ ਵੀ ਬਹੁਤ ਵੱਡੇ ਆਉਣ ਲੱਗ ਗਏ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਦੌਰਾਨ ਅਸੀਂ 24 ਘੰਟੇ ਬਿਜਲੀ ਦਿੰਦੇ ਸੀ, ਅਤੇ ਐੱਸ ਸੀ ਅਤੇ ਬੀ ਸੀ ਭਾਈਚਾਰੇ ਨੂੰ 200 ਯੂਨਿਟ ਹਰ ਮਹੀਨੇ ਹਰ ਬਿੱਲ ਵਿੱਚ ਮੁਫਤ ਦਿੰਦੇ ਸੀ। ਅੱਜ ਮੈਂ ਸਾਰੇ ਪੰਜਾਬੀਆਂ ਨੂੰ ਵਾਅਦਾ ਕਰਦਾ, ਉਹਨਾਂ ਦੇ ਘਰਾਂ ਦੇ 400 ਯੂਨਿਟ ਹਰ ਮਹੀਨੇ ਸਾਡੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਉਹਨਾਂ ਨੂੰ ਮੁਫਤ ਦਊਗੀ। 2 ਮਹੀਨੇ ਦਾ ਬਿੱਲ ਦਾ ਮਤਲਬ 800 ਯੂਨਿਟ ਹਰ 2 ਮਹੀਨੇ 'ਚ ਜੋ ਬਿੱਲ ਆਇਆ ਕਰੂਗਾ ਉਹ ਮੁਫਤ ਹੋਣਗੇ। ਆਹ ਸਾਡਾ ਵਾਅਦਾ ਤੁਹਾਡੇ ਨਾਲ।